ਅਕਾਲੀ ਬਾਬਾ ਨਾਨਕ ਦੇ ਪਿੰਡ ਅਲਾਲਵਾਲਾ ਅਤੇ ਸਰਫਕੋਟ 'ਚ ਕਾਂਗਰਸ ਵੱਲੋਂ ਜਤਿੰਦਰ ਕੌਰ ਰੰਧਾਵਾ ਦੇ ਹੱਕ 'ਚ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ, ਜਿਸ ਵਿੱਚ ਉਦੇਵੀਰ ਸਿੰਘ ਰੰਧਾਵਾ, MLA ਬਰਿੰਦਰਮੀਤ ਸਿੰਘ ਪਾੜਾ ਅਤੇ ਸਾਬਕਾ MLA ਹਰਮਿੰਦਰ ਸਿੰਘ ਗਿੱਲ ਵੱਲੋਂ ਆਮ ਆਦਮੀ ਪਾਰਟੀ ਉੱਪਰ ਵਰਦਿਆਂ ਕਿਹਾ ਕਿ ਇਹ ਪਾਰਟੀ ਹੁਣ ਜਾਣ ਦੇ ਕਿਨਾਰੇ 'ਤੇ ਹੈ ਅਤੇ ਆਉਣ ਵਾਲਾ ਸਮਾਂ ਕਾਂਗਰਸ ਦਾ ਹੈ। ਇਸ ਮੌਕੇ ਬਰਿੰਦਰਮੀਤ ਸਿੰਘ ਪਾੜਾ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਆਉਣ ਵਾਲੇ CM ਹਨ ਅਤੇ ਉਹਨਾਂ ਨੇ ਕਿਹਾ ਕਿ CM ਝੋਨੇ ਦੇ ਨਾਲ ਲੱਗਦੇ ਟੀਲੇ ਨੂੰ ਵੀ ਪਾਣੀ ਆਵੇਗਾ ਅਤੇ ਉਹ ਵੀ ਕੁਛ ਲੈ ਕੇ ਹੀ ਉਹਨਾਂ ਨੂੰ ਵੀ ਕੁਛ ਮਿਲ ਸਕਦਾ ਹੈ। ਖਿਲਾਫ ਕਿੱਧਰ ਗਿਆ ਤੂੰ 117 ਵਿਰੋਧੀ MLA ਨੂੰ ਵੀ ਨਾਲ ਲੈ ਕੇ ਵੀ ਸਾਡੇ ਕਿਸਾਨਾਂ ਦਾ ਝੋਨਾ ਰੋਲ ਲਾ ਲਾ, ਸਾਰੀ ਦੁਨੀਆਂ ਨੂੰ ਪਤਾ ਸੀਗਾ, ਤੈਨੂੰ ਪਤਾ ਨੀ ਲੱਗਾ। ਉਹ ਮੇਰੀ ਇਹ ਬੇਨਤੀ ਹੈ, ਜਿਸ ਤਰੀਕੇ ਦੇ ਨਾਲ ਇਹ ਕੱਲਾ ਕਿਸਾਨ ਨਹੀਂ ਮਰ ਰਿਹਾ, ਆ ਜਿਹੜੀ ਪਰਸੋਂ ਦਿਵਾਲੀ ਆ, ਜੇ ਕਿਸਾਨਾਂ ਦੀ ਜੇਬ 'ਚ ਪੈਸਾ ਨਾ ਆਇਆ ਤੇ ਇੱਕ ਕਿਸਾਨ ਦੇ ਨਾਲ ਕੋਈ 8-10 ਘਰ ਕੰਮ ਕਰਾਉਂਦੇ ਨੇ। ਜੇ ਉਹ ਕਿਸਾਨ ਨੂੰ ਪੈਸਾ ਕੋਈ ਆਏਗਾ ਤੇ ਉਹ ਪੈਸਾ ਜਿਹੜਾ ਉਹਨਾਂ 8-10 ਘਰਾਂ ਨੂੰ ਕੋਈ 2-4 ਹਜ਼ਾਰ 5 ਹਜ਼ਾਰ ਕੋਈ ਆਸ ਕਰਕੇ ਲੈ ਜਾਏਗਾ ਕਿਸਾਨ ਤੋਂ, ਤੇ ਦਿਵਾਲੀ ਆ ਬੱਚਿਆਂ ਨੂੰ ਬਾਜ਼ਾਰ ਖੜਨਾ। ਤੇ ਜੇ ਕਿਸਾਨ ਅੰਨਦਾਤੇ ਦੀ ਜੇਬ 'ਚ ਪੈਸੇ ਨਹੀਂ ਆਏ ਤੇ ਲੋਕਾਂ ਨੂੰ ਕਿੱਥੋਂ ਮਿਲਣੇ ਆ, ਤੇ ਜਿਹੜੇ ਸ਼ਹਿਰ ਦੇ ਆਗੇ ਦੁਕਾਨਦਾਰ ਭਰਾਇਆ ਉਹਨਾਂ ਦੀਆਂ ਦੁਕਾਨਾਂ ਖਾਲੀ ਜਾ ਜਾਣੀਆਂ। ਕੋਈ ਰੌਣਕ ਨਹੀਂ ਸ਼ਹਿਰਾਂ 'ਚ, ਤੁਸੀਂ ਜਾ ਕੇ ਵੇਖੋ, ਆ ਜਾਓ ਗੁਰਦਾਸਪੁਰ ਮੇਰੇ ਸ਼ਹਿਰ 'ਚ, ਬਿਲਕੁਲ ਰੌਣਕ ਨਹੀਂ ਸ਼ਹਿਰਾਂ 'ਚ, ਕਿਉਂਕਿ ਪੈਸਾ ਹੀ ਨਹੀਂ ਮਾਰਕੀਟ 'ਚ ਆਇਆ, ਪੈਸਾ ਕਿਸੇ ਨੂੰ ਮਿਲ ਹੀ ਨਹੀਂ ਰਿਹਾ। ਉਹ ਇਸ ਕਰਕੇ ਮੇਰੀ ਬੇਨਤੀ ਹੈ, ਜਿੱਥੇ ਕਿਸਾਨ ਮਾਰੇ ਆ ਉੱਥੇ ਇਹ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਆ। ਅੱਜ ਇਹ ਦੱਸ ਦੇਣ ਕਿ ਲੋਕਾਂ ਦੀ 3.5 ਸਾਲ ਦੇ ਵਿੱਚ ਪੈਨਸ਼ਨ ਵਧਾਈ ਹੋਵੇ, ਤੇ ਕਾਂਗਰਸ ਨੇ ਤਾਂ ਬਣਦਿਆਂ ਵਧਾਤੀ ਸੀ। ਜੇ ਇਹ ਦੱਸ ਦੇਣ ਕਿ ਕੱਚੇ ਕੋਠਿਆਂ ਦੀ ਗਰਾਂਟ ਕਿਸੇ ਨੂੰ ਦਿੱਤੀ ਹੋਵੇ, ਇਹ ਦੱਸ ਦੇਣ ਕਿ ਸਗਨ ਸਕੀਮ ਦੇ ਪੈਸੇ ਕਿਸੇ ਨੂੰ ਮਿਲਦੇ ਹੋਣ, ਇਹ ਦੱਸ ਦੇਣ ਕਿ ਜਿਹੜਾ ਇਹਨਾਂ ਨੇ 8-8 ਕਟਾਏ ਨੇ ਕਣਕ ਵਾਲੇ, ਔਰ ਜੇ 2 ਵਾਰੀ ਦੀ ਕਣਕ ਆਈ ਹੈ, 1 ਵਾਰੀ ਦੀ ਕਣਕ ਇੰਸਪੈਕਟਰ ਤੇ ਇਹਨਾਂ ਦੇ ਹਲਕੇ ਇੰਚਾਰਜਾਂ MLA ਰਲ ਕੇ ਖਾਧੀ ਆ। ਲੋਕ ਇਸ ਹਲੇਕੇ 'ਚ ਤੁਰੇ ਫਿਰਦੇ ਆ ਕਿ ਐਰਕਾਂ ਦੇ 1 ਵਾਰੀ ਦੀ ਮਿਲੀ, ਦੂਜੀ ਨਹੀਂ ਗਿੱਲ ਸਾਹਿਬ ਮਿਲੀ। ਅਸੀਂ ਬਥੇਰਾ ਕਹਿੰਦੇ ਹਾਂ ਵੀ 1 ਵਾਰੀ ਦੀ ਖਾਧੀ ਗਈ ਜੇ, ਤੇ ਇੰਸਪੈਕਟਰ ਤੇ ਉਹ ਕਹਿੰਦੇ ਨਹੀਂ ਜੀ ਆਈ ਨੀ। ਜਦੋਂ ਪਿਛਲੀ ਨਹੀਂ ਆਈ ਤਾਂ ਅਗਲੀ ਤੁਸੀਂ ਕਿੱਦਾਂ ਵੰਡਤੀ ਬਈ? ਜੇ ਪਿਛਲੀ ਆਈ ਆ ਤਾਂ ਅਗਲਾ ਸਟਾਕ ਆਇਆ, ਅਗਲਾ ਤੁਹਾਨੂੰ ਮਿਲ ਗਿਆ, ਪਿਛਲਾ ਖਾ ਗਏ, ਪੁੱਛਣ ਵਾਲਾ ਕੋਈ ਨੀ। ਜਿਹੜੇ ਕਹਿੰਦੇ ਜੀ ਜ਼ੀਰੋ ਟੋਲਰੈਂਸ, ਅਸੀਂ ਕਰਪਸ਼ਨ ਤੇ ਕਰਨੀ ਨੀ ਦਿੰਦੇ। ਜਿੰਨੀ ਕਰਪਸ਼ਨ ਇਸ ਸਰਕਾਰ 'ਚ ਹੋ ਰਹੀ ਆ ਉਹ ਕਦੇ ਵੀ ਨਹੀਂ ਹੋਈ। ਮੈਂ ਠੋਕ ਕੇ ਕਹਿੰਦਾ ਆ BJP ਉਹ ਗੁਰਦਾਸਪੁਰ ਆ ਰੱਜ ਕੇ ਕਰਪਸ਼ਨ ਕਰ ਰਿਹਾ, ਵਿਧਾਨ ਸਭਾ 'ਚ ਵੀ ਸਾਰਿਆਂ ਵੇਖਿਆ, ਉਹ ਠੋਕ ਕੇ ਬੋਲਿਆ, ਮੇਰੇ ਕੋਲ ਪ੍ਰੂਫ ਨੇ। ਇਹਨਾਂ ਦੀ ਸਰਕਾਰ ਦੇ ਅਫਸਰਾਂ ਨੇ ਉਹਦੇ ਖਿਲਾਫ਼ ਪਰਚੇ ਲਿਖਿਆ, 9,22,000 ਰੁਪਇਆ ਖਾ ਗਿਆ, ਪਰਚੇ ਦੀ ਸਿਫਾਰਿਸ਼ ਹੋਈ, ਨਹੀਂ ਕੀਤਾ ਪਰਚਾ। ਮੁੱਖ ਮੰਤਰੀ ਨੂੰ 3 ਵਾਰੀ ਮੈਂ ਮਿਲ ਕੇ ਆਇਆ, ਮੈਨੂੰ ਇਹ ਵੀ ਕਿਹਾ ਮੁੱਖ ਮੰਤਰੀ ਨੇ ਵੀ ਇਹ ਕਿਹੜਾ ਏਡਾ ਕਰਪਟ ਅਫਸਰ, ਪਰ ਲੱਤਾਂ ਭਾਰ ਨਹੀਂ ਮੁੱਖ ਮੰਤਰੀ ਦੀ ਚੱਲਦੀ ਹੈ, ਇੱਕ BJP ਉਹਦੇ ਪਰਚਾ ਨਹੀਂ ਕਰ ਸਕਿਆ। 4,22,00,000 ਦਾ ਉਸੇ ਬੰਦੇ ਨੇ ਫਿਰ ਇਰਾਬੇ ਦੀ ਕੀਤੀ, ਇਹਦੇ ਅਫਸਰ ਨੇ ਲਿਖ ਕੇ ਫਿਰ ਪੰਜਾਬ ਸਰਕਾਰ ਨੂੰ ਲਿਖ ਕੇ ਭੇਜਿਆ। ਤੇ ਇਹਨਾਂ ਲੋਕਾਂ ਤੋਂ ਅਸੀਂ ਆਸ ਕਰਦੇ ਹਾਂ ਕਿ ਆ ਬੱਸਾਂ ਮਗਰ ਲਿਖਿਆ 0 ਟੋਲਰੈਂਸ, ਇੰਨੇ ਬੰਦੇ ਅਸੀਂ ਫੜ ਲਏ। ਉਹ ਜਿਹੜਾ ਮਗਰਮੱਛ ਮੈਂ ਦੱਸੀ ਜਾਂਦਾ, ਜਿਹਦੇ ਨੂੰ ਤੁਸੀਂ ਹੱਥ ਹੀ ਨਹੀਂ ਪਾਉਂਦੇ ਕਿਸੇ ਜੇ ਅਫਸਰ ਨੂੰ, ਤੇ ਫਿਰ ਤੁਹਾਡੇ ਤੋਂ ਆਸ ਕੀ ਕਰ ਸਕਦੇ? ਕਿਉਂਕਿ ਅਗਲਾ ਕਹਿੰਦਾ ਮੈਂ ਕਿਸੇ ਨੂੰ ਜੈਕਟ ਲੈ ਕੇ ਦੇ ਦਿੱਤੀ ਮੰਤਰੀ ਨੂੰ, ਇਹ ਜੈਕਟ ਤੇ ਇਹਦੇ ਮਰ ਜਾਂਦੇ ਆ, ਉਹ ਬੰਦਿਆਂ ਦਾ ਸਟੈਂਡਰਡ ਹੀ ਕੋਈ ਨਹੀਂ ਇਹਨਾਂ ਦਾ। ਉਹ ਕਹਿੰਦਾ ਬੜੀ ਮਹਿੰਗੀ ਜੈਕਟ ਲੈ ਕੇ ਦਿੱਤੀ। ਮੈਂ ਕਿਸੇ ਬੰਦੇ ਨੂੰ ਪੁੱਛਿਆ ਕਿੰਨੇ ਦੀ? ਕਹਿੰਦਾ 25,000 ਦੀ। ਮੈਂ ਬਸ ਇੰਨੇ 'ਚ ਮੁੱਕ ਗਿਆ ਕੰਮ, ਤੇ ਗਿੱਲ ਸਾਹਿਬ ਤੁਹਾਨੂੰ ਵੀ ਪਤਾ ਮੈਂ ਕਿਹਦੇ ਵੱਲੋਂ ਕਹਿਣ ਦਿਆਂ। ਸੋ ਇਸ ਕਰਕੇ ਇਸ ਸਰਕਾਰ ਨੇ ਨਾ ਪੈਨਸ਼ਨ ਵਧਾਈ, ਨਾ ਇਹਨਾਂ ਨੇ ਕੱਚੇ ਕੋਠੇ ਦੀ ਗਰਾਂਟ ਦਿੱਤੀ, ਨਾ ਇਹਨਾਂ ਨੇ ਸਗਨ ਸਕੀਮ ਦਿੱਤੀ, ਨਾ ਇਹਨਾਂ ਨੇ ਕੋਈ ਕੰਮ ਲਾਇਆ ਜਿਹਦੇ ਨਾਲ ਮਨਰੇਗਾ 'ਚ ਲੋਕ ਕੰਮ ਕਰ ਸਕਣ। ਤੇ ਫਿਰ ਕੀਤਾ ਕੀ ਆ? ਫਿਰ ਵੋਟਾਂ ਮੰਗਦੇ ਕਿਹੜੀ ਗੱਲ 'ਚ ਨੇ? ਇਸੇ ਗੱਲ 'ਚ ਕਿ ਸਾਡੀ ਸਰਕਾਰ ਆ, ਅਸੀਂ ਧੱਕੇ ਨਾਲ ਮਰ ਜਾਂਗੇ। ਤੇ ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ, ਸਰਕਾਰਾਂ 'ਚ ਇਹ ਥੋੜ੍ਹੇ ਹੁੰਦਾ ਕਿ ਸਰਕਾਰ ਗਲਤ ਕੰਮ ਕਰੇ ਹੀ ਕੁਛ ਨਾ। ਇਹ ਸਾਰੇ ਪੁਰਾਣੇ ਜਿਹੜੇ ਕਾਂਗਰਸ ਵਰਕਰ ਪਿੰਡ ਦੇ ਹੈਗੇ ਅੱਜ ਉਹ ਇੱਥੇ ਇਕੱਠੇ ਹੋਏ ਨੇ, ਮੈਨੂੰ ਨਹੀਂ ਲੱਗਦਾ ਇੱਥੇ ਕੋਈ ਮੈਨੂੰ ਵਸਾ ਦਿਓ
ਮੈਂ ਬੜੀ ਦੇਰ ਬਾਅਦ ਸ਼ੁਰੂ ਕੀਤਾ, ਬੜੇ ਬਜ਼ੁਰਗ ਬੈਠੇ ਇੱਥੇ, ਕੋਈ ਦੱਸ ਦਿਓ ਇੱਥੇ ਕੋਈ ਨਵਾਂ ਬੰਦਾ ਪਾਰਟੀ ਦਾ ਆਇਆ, ਸਾਰੇ ਪੁਰਾਣੇ ਕਾਂਗਰਸ ਵਰਕਰ ਆ, ਤੇ ਅੱਜ ਮੈਂ ਵਧਾਈ ਦਿੰਦਾ ਕਿ ਇਹਨਾਂ ਚੋਂ ਇੱਕ ਵੀ ਨਹੀਂ ਹਿੱਲਿਆ ਤੁਹਾਡੇ ਚੋਂ। ਇੱਕ ਮੈਂ ਗਿਰ ਸਾਹਿਬ ਹੋਰਾਂ ਦੀ ਗੱਲ ਸੁਣ ਰਿਹਾ ਸੀ, ਇਹਨਾਂ ਨੇ ਕਿਹਾ ਕਿ ਇਹਨਾਂ ਨੂੰ ਲੋਕਾਂ ਨੇ 27 ਚ ਵੋਟ ਨਹੀਂ ਮੰਗਣ ਜਾਣ ਦੇਣਾ। ਗਿਰ ਸਾਹਿਬ ਤੁਹਾਨੂੰ ਪਿੰਡ ਮਿਲਿਆ ਸੀ ਇੱਕ ਧਿਆਨਪੁਰ, ਤੁਹਾਡੇ ਡਿਊਟੀ ਲੱਗੀ ਉੱਥੇ, ਕੱਲ ਧਾਲੀਵਾਲ ਸਾਹਿਬ ਉੱਥੇ ਗਏ ਆ, ਇੱਕ ਵੀਡੀਓ ਮੈਂ ਤੁਹਾਨੂੰ ਵਿਖਾ ਦਿੰਦਾ। ਧਿਆਨਪੁਰ ਵਾਲਿਆਂ ਨੇ 27 ਵਾਲੀ ਇਲੈਕਸ਼ਨ ਤੋਂ ਪਹਿਲਾਂ ਹੀ ਸ਼ੁਰੂ ਕਰਤਾ ਉੱਥੇ, ਤੇ ਉਹਨਾਂ ਨੂੰ ਦੁਕਾਨਾਂ 'ਚ ਜਦੋਂ ਹੱਥ ਜੋੜ ਕੇ ਵੋਟ ਮੰਗਣ ਜਾਂਦੇ ਸੀ, ਲੋਕਾਂ ਨੇ ਉਹਨੂੰ ਭਜਾ ਕੇ ਵਾਪਸ ਧੋ ਰਿਹਾ। ਹੁਣ ਜਿਹਨਾਂ ਕੰਮ ਨਹੀਂ ਕੀਤਾ, ਅੱਜ ਸ਼ੇਰੀ ਕੰਸੀਡ ਵੀ ਆਈ ਹੈ ਕਿ ਜੇ ਸਾਡੇ ਉਮੀਦਵਾਰ ਨੇ ਕੰਮ ਕੀਤਾ ਤਾਂ ਉਹਨੂੰ ਵੋਟਾਂ ਪਾ ਦਿਓ, ਤੇ ਉਹਦੀ ਗੱਲ ਮੰਨ ਲਓ ਕਿਰਪਾ ਕਰਕੇ, ਹੋਰ ਕਿਸੇ ਦੀ ਨਾ ਮੰਨੋ, ਉਸ ਬੰਦੇ ਦੀ ਮੰਨ ਲਓ, ਤੇ ਪਤਾ ਲੱਗ ਜੂਗਾ ਕਿ ਇਹਨੇ ਕੰਮ ਕੀਤਾ ਕਿ ਨਹੀਂ ਕੀਤਾ। ਇੱਕ ਇੱਧ ਤੱਕ ਨੀ, ਆਹ ਮਾਲੇਵਾਲ ਆਏ ਸੀ ਧਾਲੀਵਾਲ ਸਾਹਿਬ ਜਦੋਂ ਇਲੈਕਸ਼ਨ ਸ਼ੁਰੂ ਹੋਈ ਹੈ, ਮਾਲੇਵਾਲ ਪਿੰਡ ਤੱਕ ਸਭ ਤੋਂ ਵੱਧ ਰੌਲਾ ਪਾਇਆ ਕਿ ਅਸੀਂ ਇੱਥੇ ਕੰਮ ਕਰਾਇਆ, ਅਸੀਂ ਇੱਥੇ ਹਲਕਾ ਬਦਲਤਾ, ਜਿੰਨਾ ਇੱਥੇ ਵਿਕਾਸ ਕਰਤਾ। ਉਸ ਪਿੰਡ ਚ ਅਗਲੇ ਦਿਨ ਮੈਂ ਗਿਆ, ਸਾਰਾ ਪਿੰਡ ਇਕੱਠਾ ਹੋ ਕੇ, ਤੇ ਸਾਰੇ ਪਿੰਡ ਤੋਂ ਪੁੱਛ ਲਿਆ ਕਿ ਇੱਕ ਗਲੀ ਵਿਖਾ ਦਿਓ, ਇੱਕ ਇੱਟ ਵਿਖਾ ਦਿਓ ਧਾਲੀਵਾਲ ਸਾਹਿਬ ਜਿਹੜੀ ਇੱਥੇ ਲੱਗੀ ਹੋਵੇ। ਉਹਨੇ ਇੱਥੋਂ ਦਾ ਜਿਹੜਾ ਕੈਂਡੀਡੇਟ ਹੈ, ਤੁਹਾਨੂੰ ਸਾਰਿਆਂ ਨੂੰ ਗੱਲਾਂ ਪਤਾ ਹੋਣੀਆਂ ਜ਼ਰੂਰੀ ਹੈ, ਜਿਹੜਾ ਭੱਠਾ ਭੱਠਾ ਹੁੰਦਾ ਨਾ, ਤੇ ਸਾਰੀਆਂ ਟਾਈਲ, ਪਹਿਲਾਂ ਇੱਟਾਂ ਦਾ ਭੱਠਾ ਸੀਗਾ, ਹੁਣ ਟਾਈਲਾਂ ਵੀ ਲਾ ਦਈ ਹੈ, ਤੇ ਹੁਣ ਜਿਹੜੀ ਗ੍ਰਾਂਟ ਆਉਣੀ ਹੈ ਨਾ, ਇਹ ਧਿਆਨ ਰੱਖਿਓ ਸਾਰੀ ਉਹਦੀ ਟਾਈਲਾਂ ਕੋਲ ਨਾ ਚਲੀ ਜਾਵੇ। ਇਹ ਤਾਂ ਪਰਮਾਤਮਾ ਵੱਲੋਂ ਇਲੈਕਸ਼ਨ ਹੋਣੇ ਆ ਗਈ, ਨਹੀਂ ਤੇ ਇਹਨੇ ਸਾਰਾ ਹਲਕਾ ਲੁੱਟ ਕੇ ਖਾ ਜਾਣਾ ਸੀ ਇਸ ਬੰਦੇ। ਆਪਣੀ ਜਿਹੜੀ ਵੋਟ ਹੈ, ਬੜੇ ਸੋਚ ਸਮਝ ਕੇ, ਮੈਂ ਤਾਂ ਕਹੂੰਗਾ ਕਿ ਮੇਰੇ ਦਾਦੇ ਨੇ, ਮੇਰੀ ਮਾਂ ਨੇ, ਮੇਰੇ ਬਾਪ ਨੇ, ਜਾਂ ਮੈਂ ਕਦੀ ਜ਼ਿੰਦਗੀ 'ਚ ਇੱਕ ਪੈਸਾ ਵੀ ਕਿਸੇ ਕੋਲੋਂ ਲਿਆ ਹੋਵੇ ਤਾਂ ਬਿਲਕੁਲ ਨਹੀਂ ਵੋਟ ਪਾਉਣੀ। ਇਮਾਨਦਾਰੀ ਨੂੰ ਵੋਟ ਪਾਇਓ, ਆਉਣ ਸਰਪੰਚੀਆਂ ਹੋ ਗਏ ਉਹਦੀਆਂ, 5-5 ਲੱਖ, 10-10 ਲੱਖ ਸਰਪੰਚਾਂ ਕੋਲੋਂ ਲਿਆ, ਅਸੀਂ ਪੈਸਾ ਵੀ ਨਹੀਂ ਸੀ ਲਿਆ ਤੇ ਇਹਨਾਂ 'ਚ ਫਿਰ ਵੀ ਨਹੀਂ ਸੀ ਖੜਾ ਹੋਇਆ, ਕਿਸੇ ਕੋਲ ਇੰਨੀ ਇਹਨਾਂ 'ਚ ਹੈ ਨਹੀਂ ਸੀਗੀ ਕਿ ਕਾਂਗਰਸ ਦੀ ਸਰਕਾਰ ਹੁੰਦੇ ਆ ਕਿ ਸਾਨੂੰ ਕੋਈ 4 ਵੋਟਾਂ ਪੈ ਜਾਣਗੀਆਂ। ਇਹਨਾਂ 'ਚੋਂ ਇੱਕ ਬੰਦਾ ਪੂਰੇ ਹਲਕੇ 'ਚ ਨਹੀਂ, ਆਮ ਆਦਮੀ ਪਾਰਟੀ ਦਾ ਇੱਕ ਵੀ ਸਰਪੰਚ ਖੜਾ ਹੋਇਆ ਸੀ। ਅੱਜ ਇਹਨਾਂ ਨੂੰ ਯਾਦ ਆਉਂਦੀ ਹੈ ਵਿਕਾਸ ਦੀ, ਹੁਣ ਲੋਕਾਂ ਨੇ 2.5 ਸਾਲ ਚੱਲ ਲਿਆ ਤੇ ਹੁਣ ਤੁਸੀਂ ਪੂਰੇ ਜ਼ੋਰ ਨਾਲ ਇੱਕ ਤੋਰ ਕੇ ਵੋਟਾਂ ਪਾਉਣੀਆਂ ਪੰਜੇ 'ਤੇ, ਤੇ ਜਿਹੜਾ 27 ਵਾਲਾ ਸ਼ੁਰੂ ਹੋਣਾ ਨਾ, ਉਹ ਵੀ ਪਰਮਾਤਮਾ ਦੀ ਮਿਹਰ ਹੋਈ ਹੈ ਕਿ ਜਿਹੜਾ 27 ਵਾਲਾ ਬਦਲਾਅ ਦੁਬਾਰਾ ਸ਼ੁਰੂ ਹੋਊਗਾ, ਉਹ ਹਲਕਾ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋਊਗਾ। ਇਹਨਾਂ ਨੂੰ ਮੂੰਹ ਤੋੜ ਜਵਾਬ ਇੱਥੋਂ ਦੇ ਮੁੱਖ ਮੰਤਰੀ ਨੂੰ ਦੇ ਕੇ ਇੱਥੋਂ ਭੇਜਾਂਗੇ ਹਲਕਾ ਡੇਰਾ ਬਾਬਾ ਨਾਨਕ ਵਾਲੇ। ਹੁਣ ਤਿਆਰ ਹੋ ਗਏ, 13 ਤਰੀਕ ਨੂੰ ਪੂਰੀ ਤਿਆਰੀ ਨਾਲ ਵੋਟਾਂ ਪਾ ਕੇ ਮੇਰੀ ਮਾਂ ਨੂੰ, ਇਸ ਹਲਕੇ ਦੀ ਮਾਂ ਨੂੰ ਜਿਤਾ ਕੇ ਉਸ ਵਿਧਾਨ ਸਭਾ 'ਚ ਭੇਜੀਏ। ਨਾਲੇ ਅਸੀਂ ਉੱਥੇ ਹਲਕਾ ਗੁਰਦਾਸਪੁਰ ਦੇ ਸਭ ਤੋਂ ਧਾਕੜ ਲੀਡਰ ਜਿਹੜੇ ਹੁੰਦੇ 12 ਸਾਲ, ਕੁਰਸੀ ਵੀ ਨਾਲ 12 ਸਾਲ ਮੰਨਾਂ ਕਿ ਤੁਹਾਡੇ ਲਵਾਉਣੀ ਹੈ, ਬਸ ਐਤਕੀ ਨਾਲ ਹੀ ਬਿਠਾਉਣਾ ਕਿ ਜਦੋਂ ਕੋਈ ਗੱਲ ਹੋਵੇ ਤੇ 12 ਸਾਲ ਦੀ ਵਾਰ ਸਭ ਤੋਂ ਉੱਚੀ ਜਾਂਦੀ ਹੁੰਦੀ ਹੈ, ਹਾਲ 'ਚ ਕਦੋਂ ਸੁਣਿਓ, ਤੇ ਮੰਨਾਂ ਦੇ ਨਾਲ ਖੜ ਕੇ ਤੇ ਗੁਰਦਾਸਪੁਰ ਵਾਲੇ ਪੂਰਾ ਧੂ ਕੇ ਵਿਧਾਨ ਸਭਾ ਨੂੰ, ਭਾਵੇਂ 20 ਹੈ ਤੇ ਹਲਕੇ ਨੂੰ, ਆਪਣੇ ਜ਼ਿਲ੍ਹੇ ਨੂੰ ਤੇ ਪੰਜਾਬ ਨੂੰ ਅੱਗੇ ਲੈ ਕੇ ਜਾਣਗੇ। ਕਈ ਪਿੰਡਾਂ ਵਿੱਚ ਜਿਹੜੀਆਂ ਮੀਟਿੰਗਾਂ ਕੀਤੀਆਂ ਗਈਆਂ, ਦੀਵਾਲੀ ਆ ਬੱਚਿਆਂ ਨੂੰ ਬਾਜ਼ਾਰ ਖੜਨਾ, ਜੇ ਕਿਸਾਨ ਅੰਨਦਾਤੇ ਵੀ ਜੇਬ ਚ ਪੈਸੇ ਨੀ ਆਏ ਤੇ ਲੋਕਾਂ ਨੂੰ ਕਿੱਥੋਂ ਮਿਲਣੇ ਆ, ਚੰਗੇ ਜਿਹੜੇ ਸ਼ਹਿਰ ਦੇ ਆਪਣੇ ਉਹਨਾਂ ਦੀਆਂ ਦੁਕਾਨਾਂ ਪਾਈ ਜਾ ਜਾਏ। ਜਤਿੰਦਰ ਕੌਰ ਰੰਧਾਵਾ ਪੈਸਾ ਕਿਸੇ ਨੂੰ ਮਿਲ ਹੀ ਨਹੀਂ ਰਿਹਾ, ਇਕੱਠ ਵੇਖ ਵੇਖ ਕੇ ਜਿਹੜੇ ਪਿੰਡ, ਇਸ ਕਰਕੇ ਮੇਰੀ ਬੇਨਤੀ ਹੈ ਜਿੱਥੇ ਕਿਸਾਨ ਮਰੇ ਆ ਉੱਥੇ ਇਹ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਆ। ਅੱਜ ਇਹ ਦੱਸ ਦੇਣ ਕਿ ਲੋਕਾਂ ਦੀ 3.5 ਸਾਲ ਦੇ ਵਿੱਚ ਪੈਨਸ਼ਨ ਵਧਾਈ ਹੋਏ ਸੀ,
ਕਾਂਗਰਸ ਨੇ ਤਾਂ ਬੰਦਿਆਂ ਵਧਾਤੀ ਸੀ, ਸਮਝੋ ਵੀ 20 ਹੈ ਨਾ, ਇਹ ਦੱਸ ਦੇ ਝਾੜੂ ਦਾ ਜਿਹੜਾ ਝਾੜੂ ਦੀ ਗਲਾਂਡ ਕਿਸੇ ਨੂੰ ਦਿੱਤੀ ਹੋਵੇ 2-3 ਸਾਲਾਂ ਦੇ ਵਿੱਚ ਲੋਕਾਂ ਨੇ ਵੇਖ ਲਿਆ ਕਿ ਸਰਨ ਸਕੀਮ ਦੇ ਪੈਸੇ ਕਿਸੇ ਨੂੰ ਮਿਲਦੇ ਹੋਣ, ਲੈ ਕੇ ਆਮ ਆਦਮੀ ਇਹ ਪਾਸ ਦੇਣ ਕੇ ਜਿਹੜਾ ਪਹਿਲ ਦਿੱਤੀ ਇਹਨਾਂ ਨੇ, ਔਰ ਜੋ ਪੰਚਾਇਤ ਦੇ ਵਿੱਚ ਸਾਡੇ ਮੌਜੂਦ ਨੇ ਹਲਕਾ ਪੱਟੀ ਤੋਂ ਸਾਬਕਾ ਐਮ ਐਲ ਏ ਹਰਮਿੰਦਰ ਸਿੰਘ ਜੀ ਗਿੱਲ, ਜੋ ਕਿ ਪਾਰਟੀ ਦੇ ਬੁਲਾਰੇ ਵੀ ਨੇ, ਅਤੇ ਗੱਲਬਾਤ ਕਰਦੇ ਹਾਂ ਅੱਜ ਇੱਥੇ ਮੈਡਮ ਜਤਿੰਦਰ ਕੌਰ ਰੰਧਾਵਾ ਅਤੇ ਚੋਣ ਕੰਪੇਨਿੰਗ ਲਈ ਆਏ ਨੇ, ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਜੀ? ਮੈਨੂੰ ਤਾਂ ਐਂ ਲੱਗਦੀ ਹੈ ਗੱਲ ਵਨ ਸਾਈਡਡ ਲੜਾਈ ਹੈ, ਇੱਕ ਪਾਸੇ ਤਜਰਬਾ ਹੈ, ਇੱਕ ਪਾਸੇ ਗੈਰ ਤਜਰਬੇਕਾਰ ਲੋਕ ਨੇ, ਇੱਕ ਪਾਸੇ 40-50 ਸਾਲ ਦਾ ਪਿਛੋਕੜ ਹੈ, ਇਤਿਹਾਸ ਆ, ਇੱਕ ਪਾਸੇ ਨਿਕੰਮੇ ਲੋਕ ਨੇ ਜਿਨ੍ਹਾਂ ਨੇ ਲੋਕਾਂ ਦੀ ਦੀਵਾਲੀ ਐਤਕੀ ਮੰਡੀਆਂ ਵਿੱਚ ਮਨਾਉਣ ਵਾਸਤੇ ਮਜਬੂਰ ਕਰ ਰਹੇ ਨੇ। ਇਸ ਕਰਕੇ ਮੇਰੇ ਖਿਆਲ ਕੋਈ ਮੁਕਾਬਲਾ ਨਹੀਂ, ਲੋਕ ਬੇਸ਼ੱਕ ਅਕਾਲੀ ਦਲ ਇਸ ਲੜਾਈ ਦੇ ਵਿੱਚ ਨਹੀਂ ਗਾ, ਪਰ ਮੈਂ ਮਹਿਸੂਸ ਕਰਦਾ ਕਿ ਅਕਾਲੀ ਦਲ ਦੇ ਵੋਟਰ ਵੀ ਕਿਸਾਨ ਨੇ, ਅਤੇ ਉਹ ਜਿਹੜੇ ਕਿਸਾਨ ਅੱਜ ਮੰਡੀਆਂ 'ਚ ਬੈਠੇ ਉਹ ਕਿਵੇਂ ਵੋਟ ਪਾ ਦੇਣਗੇ ਭਗਵੰਤ ਮਾਨ ਦੇ ਨਾਲ? ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਇਹ ਇਲੈਕਸ਼ਨ ਕਾਂਗਰਸ ਨੇ ਜਿੱਤੀ ਪਈ ਹੈ। ਕਾਂਗਰਸ ਨੇ ਪਹਿਲੀ ਵਾਰੀ ਇਸ ਹਲਕੇ ਦੇ ਵਿੱਚ ਇੱਕ ਮਹਿਲਾ ਨੂੰ ਟਿਕਟ ਦਿੱਤੀ ਹੈ, ਔਰ ਤਜਰਬੇਕਾਰ ਪਰਿਵਾਰ ਦੇ ਵਿੱਚੋਂ ਆ, ਕੋਈ ਕਿਸੇ ਕਿਸਮ ਦੀ ਮੈਨੂੰ ਚੁਣੌਤੀ ਨਹੀਂ ਦਿੱਤੀ। ਦੇਖੋ, ਖੈਰ ਲੋਕਾਂ ਦੀ ਮੰਗ ਆ, ਲੋਕਾਂ ਦੀ ਮੰਗ ਦੇ ਮੁਤਾਬਕ ਸਾਰੇ ਲੋਕ ਇਹ ਚਾਹੁੰਦੇ ਨੇ ਕਿ ਇਸ ਤਰ੍ਹਾਂ ਗੱਲ ਹੋਵੇ, ਬਾਕੀ ਇਹ ਤਾਂ ਗੱਲਾਂ ਇਲੈਕਸ਼ਨਾਂ ਤੋਂ ਬਾਅਦ ਪਾਰਟੀ ਹਾਈਕਮਾਂਡ ਨੇ ਫੈਸਲਾ ਕਰਨਾ, ਕੋਈ ਗੱਲ ਨਹੀਂ, ਜਿਵੇਂ ਫੈਸਲਾ ਕਰਨਗੇ ਠੀਕ ਹੋਏ। ਪਰ ਰੰਧਾਵਾ ਸਾਹਿਬ ਨੂੰ ਵੱਡੀਆਂ ਜ਼ਿੰਮੇਵਾਰੀਆਂ ਪਹਿਲਾਂ ਵੀ ਮਿਲੀਆਂ ਨੇ, ਬਹੁਤ ਵੱਡੀਆਂ ਡਿਪਟੀ CM ਰਹੇ ਨੇ, ਔਰ ਅੱਜ ਮੈਂਬਰ ਪਾਰਲੀਮੈਂਟ ਨੇ, ਔਰ ਰਾਜਸਥਾਨ ਅਤੇ ਜੰਮੂ ਕਸ਼ਮੀਰ ਦੇ ਇੰਚਾਰਜ ਨੇ, ਔਰ ਲੋਕ ਐਕਸਪੈਕਟ ਕਰਦੇ ਵੀ ਇਹਨਾਂ ਦੀ ਗਾਂਹ ਹੋਰ ਤਰੱਕੀ ਹੋਵੇ।